ਗੁਰਮੁਖੀ ਮਤ ਲੈਣੀ ਆਪਣੀ ਮਤ ਧਿਆ ਕਰੀ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਅਕਾਲ ਬਾਣੀ ਹੈ ਗੁਰਬਾਣੀ ਅਕਾਲ ਹਰੇਕ ਨਹੀਂ ਕੋਈ ਘੜ ਸਕਦਾ ਅਕਾਲ ਮਤਲਬ ਘੜੀ ਹੋਣੀ ਅਸਲ ਚ ਗੱਲ ਦੱਸਣ ਵਾਲੀ ਹੈ ਹੀ ਨਹੀਂ ਦੱਸੀ ਨਹੀਂ ਜਾ ਸਕਦੀ ਇਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅਕਾਲ ਕਹਿੰਦੇ ਨੇ ਜਿਹੜੀ ਬੋਲਣ ਤੇ ਪਰੇ ਹੋਵੇ ਚੌਥੇ ਪਦ ਦੀ ਗੱਲ ਬੋਲਣ ਤੇ ਪਰੇ ਹੈ ਤਿੰਨ ਲੋਕ ਦੀ ਗੱਲ ਬੋਲਣ ਵਿੱਚ ਹੈ ਜਾਂ ਚੌਥੇ ਲੋਕ ਦੀ ਗੱਲ ਕਰਨੀ ਹੈ ਜਿਹੜੀ ਆਤਮਾ ਦੀ ਗੱਲ ਕਰਨੀ ਹੈ ਉਹ ਬਹੁਤ ਔਖੀ ਹੈ ਉਹ ਅਕਾਲ ਜਿੱਥੇ ਬੋਲਣ ਤੇ ਪਰੇ ਹੈ ਉਹ ਅੱਖਰਾਂ 'ਤੇ ਵੀ ਪਰੇ ਹੀ ਹੈ ਉਹ ਅੱਖਰਾਂ 'ਤੇ ਪਰੇ ਆ ਜੋ ਚੀਜ਼ ਬੋਲਣ 'ਚ ਨਹੀਂ ਆਉਂਦੀ ਉਹ ਅੱਖਰਾਂ 'ਤੇ ਵੀ ਵਿੱਚ ਨਹੀਂ ਆ ਸਕਦੀ ਕਬੀਰ ਕਹਿ ਰਿਹਾ ਜੈ ਬੋਲ ਤੈ ਅੱਖਰ ਆਵਾ ਜਿੱਥੇ ਬੋਲ ਹੈ ਆਵਾਜ਼ ਆ ਸਕਦੀ ਹੈ ਕੱਢ ਸਕਦੇ ਹਾਂ ਉੱਥੇ ਹੀ ਅੱਖਰ ਆਊ ਜੈ ਅਬੋਲ ਜਿਹੜੀ ਗੱਲ ਬੋਲੀ ਨਹੀਂ ਜਾ ਸਕਦੀ ਉਹਨੂੰ ਅੱਖਰਾਂ 'ਚ ਕਿਵੇਂ ਲਿਆਵਾਂ ਤੈ ਮਨ ਰਾਵ ਉੱਥੇ ਬੰਦ ਹੀ ਟਿਕਦਾ ਫਿਰ ਜੇ ਅਬੋਲ ਕਹਿ ਕੇ ਛੱਡ ਦਈਏ ਬੋਲੀਏ ਹੀ ਨਾ ਕੁਛ ਦੱਸੀਏ ਨਾ ਫਿਰ ਮਨ ਕਿਵੇਂ ਖੜੇ ਇਸ ਕਰਕੇ ਬੋਲ ਅਬੋਲ ਵੱਧ ਹੈ ਸੋਏ ਇਹ ਬਾਣੀ ਬੋਲ ਔਰ ਅਬੋਲ ਦੇ ਵੱਧ ਹੈ ਚੌਥੇ ਗੱਲ ਜਿਹੜੇ ਤੁਰਿਆ ਪਦ ਦੀ ਗੱਲ ਹੈ ਜਿਹੜੀ ਪ੍ਰਲੋਕ ਦੀ ਗੱਲ ਹੈ ਜਿਹੜੀ ਸੱਚਖੰਡ ਦੀ ਗੱਲ ਹੈ ਨਿਰਾਕਾਰ ਦੇ ਦੇਸ਼ ਦੀ ਗੱਲ ਹੈ ਉਹ ਬੋਲ ਔਰ ਅਬੋਲ ਦੇ ਵਿਚਾਲੇ ਹੈ ਕੁਛ ਬੋਲੀ ਹੈ ਸੁਕੇਤ ਕਰਕੇ ਕੁਛ ਬੁੱਝਣ ਵਾਲੀ ਹੈ ਜੇ ਦੱਸੀ ਨਹੀਂ ਗਈ ਉਹ ਬੁੱਝਣ ਵਾਲੀ ਹੈ ਜਿਹਨੇ ਦੱਸੀ ਗਈ ਉਹ ਨਹੀਂ ਦੱਸੀ ਗਈ ਇਸ ਕਰਕੇ ਬੁੱਝਣ ਵਾਲੀ ਉਹ ਗੱਲ ਹੈ ਕਹਾ ਬੁਝਾਰਤ ਬੁੱਝਾ ਬੁੱਝਣ ਵਾਲਾ ਤਾਂ ਪਸ਼ੂ ਹੈ ਬੁਝਾਰਤ ਬਹੁਤ ਬੜੀ ਹੈ ਦਿਸ ਕਹੀਏ ਤੋ ਸਮਝੇ ਘੋਰਾ ਕਿਹਾ ਕੀ ਸੀ ਸਮਝ ਲਿਆ ਕੀ ਉਹ ਸਰੀਰ 'ਚ ਬੋਲਦੀ ਆ ਆਤਮਾ ਉਹ ਕਹਿੰਦੀ ਆ ਮੇਰਾ ਬਾਪ ਆਤਮਾ ਦੇ ਬਾਪ ਦੀ ਗੱਲ ਕਰੋ ਤੁਸੀਂ ਸਰੀਰ ਦੇ ਬਾਪ ਨੂੰ ਪਧੇੜਾ ਲਿਆ ਵਿੱਚ ਲਿਆ ਕੇ ਇਹ ਹੈ ਦਿਸ ਕਹੀਏ ਤੋ ਸਮਝੇ ਭੋਰਾ ਉਹਦਾ ਬੋਲਦਾ ਮੇਰਾ ਕਹਿ ਰਿਹਾ ਸਰੀਰ ਕਹਿ ਰਿਹਾ ਮੇਰਾ ਉਹ ਰਾਗੀ ਹੈ ਕਿ ਇੱਕ ਵਾਜਾ ਹੈ ਸਰੀਰ ਤਾਂ ਵਾਜਾ ਰਾਗੀ ਕਿੱਥੇ ਹੈ ਸਰੀਰ ਤਾਂ ਸਾਜ਼ ਹੈ ਉਹਦਾ ਜਿਹਨੂੰ ਵਜਾ ਕੇ ਤੁਹਾਨੂੰ ਸਮਝਾਉਂਦਾ ਸਾਜ਼ ਨੂੰ ਇਹ ਰਾਗੀ ਮੰਨ ਲਿਆ ਜਿਹੜੇ ਸਾਜ਼ ਨੂੰ ਸਰੀਰ ਨੂੰ ਰਾਗੀ ਮੰਨੀ ਬੈਠੇ ਨੇ ਨਾ ਸਰੀਰ ਦੇ ਜ਼ਰੀਏ ਅਸੀਂ ਬੋਲ ਸਕਦੇ ਹਾਂ ਜਾਂ ਸਰੀਰ ਨਹੀਂ ਹੁੰਦਾ ਬੋਲ ਨਹੀਂ ਸਕਦੇ ਆਤਮਾ ਲੱਗ ਹੈ ਸਰੀਰ ਇੱਥੇ ਜਦ ਛੱਡ ਕੇ ਚਲੀ ਜਾਂਦੀ ਆਤਮਾ ਫਿਰ ਕੌਣ ਚਲਾ ਜਾਂਦਾ ਸਰੀਰ ਨੂੰ ਸਭ ਕੁਝ ਮੰਨਣ ਲੱਗ ਗਏ ਇਸ ਕਰਕੇ ਜਿਹੜੇ ਸਰੀਰ ਨੂੰ ਮੰਨਦੇ ਨੇ ਪਸ਼ੂ ਨੇ ਉਹ ਗੱਲ ਕੀਤੀ ਆਤਮਾ ਦੀ ਨਵੇੜਾ ਹੋਣਾ ਆਤਮਾ ਨਾਲ ਆਈ ਸੀ ਕੁਝ ਆਤਮਾ ਲੈਣ ਲੈ ਕੇ ਜਾਣਾ ਕੁਛ ਆਤਮਾ ਨੇ ਖੱਟਣਾ ਕੁਛ ਆਤਮਾ ਨੇ ਬਦਲਾਅ ਹੋਣਾ ਆਤਮਾ ਦੇ ਵਿੱਚ ਕਲੰਕ ਲੈਣਾ ਆਤਮਾ ਦਾ ਸਰੀਰ ਦਾ ਇਹਦੇ ਨਾਲ ਕੀ ਮਤਲਬ ਸਰੀਰਕ ਸਾਧਨ ਸਰੀਰ ਤੱਕ ਸਾਧਨ ਜੇ ਸਰੀਰ ਨੂੰ ਔਰ ਆਤਮਾ ਦੇ ਵਿੱਚ ਫਰਕ ਹੈ ਅਸੀਂ ਮਿਟਾ ਦਈਏ ਉਹ ਲਕੀਰ ਦੇ ਫਕੀਰ ਨੇ ਗੁਰਬਾਣੀ ਦੇ ਗਿਆਨ ਦਾ ਅੱਖਰਾਂ ਦਾ ਫਰਕ ਮਿਟਾ ਦਈਏ ਲਕੀਰ ਦੇ ਫਕੀਰ ਨੇ ਗੁਰਬਾਣੀ ਤਾਂ ਸੋਝੀ ਹੈ ਗੁਰਮਤ ਹੈ ਉਹ ਗੁਰ ਕੀ ਮਤ ਲੈਣੀ ਹੈ ਚੋਂ ਗੁਰ ਕੀ ਮਤ ਤੂੰ ਲਿਹੋ ਇਹ ਆਣੇ ਉਹ ਤਾਂ ਲਈ ਨਹੀਂ ਲਕੀਰ ਦੇ ਫਕੀਰ ਟਾਰਗੇਟ ਨਹੀਂ ਹੈ ਟਾਰਗੇਟ ਕਿਹਨੇ ਬੰਨਿਆ ਗੁਰੂ ਨੇ ਬੰਨਿਆ ਗੁਰ ਕੀ ਮਤ ਤੂੰ ਲਿਹੇ ਆਣੇ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਬਹੁਤ ਜਿਹੜੇ ਸਿਆਣੇ ਸੀ ਇਸ ਭਗਤੀ ਬਿਨਾਂ ਡੁੱਬ ਗਏ ਇਹ ਸਾਰੇ ਡੁੱਬ ਜਾਣਗੇ ਜਿਹੜੇ ਗੁਰ ਕੀ ਮਤ ਨਹੀਂ ਲੈ ਰਹੇ ਚਾਹੇ ਕਿੰਨੇ ਸਿਆਣੇ ਹੋਣ ਇਹ ਗੁਰ ਕੀ ਮਤ ਹੈ ਗਿਆਨ ਮਤ ਹੈ ਅੰਦਰਲੀ ਮਤ ਨੂੰ ਜਗਾਊਗੀ ਤੁਹਾਡੀ ਕੱਲ੍ਹ ਜਾਗੂਗੀ ਅੰਦਰਲੀ ਮਤ ਸੁੱਤੀ ਪਈਆਂ ਮਤ ਮਤ ਮਾਰੀ ਹੋਈ ਆ ਮਾਰੀ ਹੋਈ ਸੁੱਤੀ ਪਈ ਨੂੰ ਮਾਰੀ ਹੋਈ ਕਹਿੰਦੇ ਨੇ ਕਹਿੰਦੇ ਜੀ ਤਾਂ ਮਤ ਮਾਰੀ ਮਰੀ ਹੋਈ ਹੈ ਉਹ ਸੁੱਤੀ ਪਈ ਆ ਮਰੀ ਹੋਈ ਨਹੀਂ ਹੈ ਨਿਰਾਕਾਰ ਦੇ ਵਿੱਚ ਮਰੀ ਹੋਈ ਸੁੱਤੀ ਪਈ ਨੂੰ ਕਹਿੰਦੇ ਹੁੰਦੇ ਜਿੰਨਾ ਚਿਰ ਸਹਿਜ ਨਹੀਂ ਪੈਦਾ ਹੁੰਦਾ ਨਾ
ਸਹਿਜ ਅਵਸਥਾ ਨਹੀਂ ਪੈਦਾ ਹੁੰਦੀ, ਮਨ ਟਿਕ ਨਹੀਂ ਜਾਂਦਾ ਪੂਰਾ, ਸਤ ਸੰਤੋਖ ਦੀ ਅਵਸਥਾ ਨਹੀਂ ਹੋ ਜਾਂਦੀ, ਉਹਨਾਂ ਚਿਰ ਮਤ ਨਹੀਂ ਜਾਗਣੀ ਅੰਦਰਲੀ। ਉਪਜਾ ਸਹਿਜ ਗਿਆਨ ਮਤ ਜਾਗੀ, ਉਹ ਗੁਰਮਤ ਹੈ ਫਿਰ ਜਿਹੜੀ ਗਿਆਨ ਮਤ ਜਾਗਣੀ ਹੈ ਉਹਨੂੰ ਜਗਾਉਣਾ। ਜਦ ਉਹ ਜਾਗਦੀ ਉਹਦਾ ਨਾਮ ਗੁਰਮੁਖੀ ਹੈ, ਉਹ ਜਾਗੀ ਹੋਈ ਮਤ ਦਾ ਨਾਮ ਗੁਰਮੁਖੀ ਹੈ। ਅਖੱਖੇ ਨੂੰ ਸਹਿਰੀ ਤਾਂ ਲੱਗਦਾ, ਫਿਰ ਗੁਰਮਤ ਜਾਗਦੀ ਹੈ, ਫਿਰ ਭਰਮ ਦਾ ਨਾਸ ਹੁੰਦਾ। ਉਪਜਾ ਸਹਿਜ ਗਿਆਨ ਮਤ ਜਾਗੀ, ਜਿੰਨਾ ਚਿਰ ਮਨ ਸਹਿਜ ਨਹੀਂ ਹੋਇਆ ਟਿਕਿਆ ਨਹੀਂ ਗੁਰਮਤ ਉਹ ਨਹੀਂ ਜਾਗਦੀ। ਉਸ ਨੂੰ ਕਿਹਾ ਜਾਗ ਲੈ ਉਰੇ ਬਣਾ ਜਾਗ, ਕਿਉਂ ਗਾਫਲ ਸੋਇਆ। ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਪਰਮ ਪਦ ਪਵਿੱਤਰ ਦੋ ਚੀਜ਼ਾਂ ਆ ਗਈਆਂ, ਪਵਿੱਤਰ ਪਰਮ ਪਦ ਮਾਇਆ ਤੋਂ ਪਰੇ ਹੈ, ਮਾਇਆ ਤੋਂ ਪਰੇ ਸੰਸਾਰੀ ਪਰਮ ਪਦ ਨਹੀਂ ਹੈ, ਸੰਸਾਰੀ ਵਡਿਆਈ ਨਹੀਂ ਹੈ, ਪਵਿੱਤਰ ਪਰਮ ਪਦ। ਪਵਿੱਤਰ ਹੋ ਕੇ ਪਰਮ ਪਦ ਪਾਉਂਦਾ, ਪਹਿਲਾਂ ਪਵਿੱਤਰ ਹੁੰਦਾ ਗੁਰਮੁਖ ਫਿਰ ਪਰਮ ਪਦ ਪਾਉਂਦਾ। ਪਵਿੱਤਰ 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 ਪੁਨੀਤ, ਪਰਮ ਪਦ ਪਾ ਕੇ ਪੁਨੀਤ ਹੁੰਦਾ, ਪਵਿੱਤਰ ਪਹਿਲਾਂ ਪੁਨੀਤ ਬਾਅਦ ਚ ਹੁੰਦਾ। ਪੁਨੀਤ ਕੀ ਹੈ? ਉਹ ਗਿਆਨ ਵੱਧ ਜਾਂ ਜਾਗਦੀ ਹੈ ਉਹਦਾ ਨਾਮ ਪੁਨੀਤ ਹੈ। ਕਹਿੰਦੇ ਕੋਈ ਤਾਂ ਉਪਜੇ ਹਨ, ਉਹ ਗਿਆਨ ਮੱਤੇ ਜਾਗੀ ਹੈ ਅੰਦਰੋਂ, ਮੱਤ ਜਾਗੀ ਹੈ ਤਾਂ ਪੈਦਾ ਹੋ ਗਿਆ ਸਭ ਕੁਝ। ਸੋਝੀ ਅੰਦਰੋਂ ਆਉਣ ਲੱਗ ਗਈ, ਸੁੱਤੀ ਪਈ ਸੀ ਸੋਝੀ ਹੈ ਨਹੀਂ ਸੀ, ਜਾਗਿਆ ਹੀ ਸੋਝੀ ਹੋ ਗਈ। ਉਹ ਬੀਜ ਦਾਣੇ ਸੁੱਤਾ ਹੀ ਪਿਆ ਹੁੰਦਾ, ਜਾਗਦਾ ਹੀ ਆ ਉਹ, ਹੋਰ ਕੀ ਹੁੰਦਾ। ਉਗਬੇ ਨੂੰ ਜਾਗਣਾ ਹੀ ਕਹਿੰਦੇ ਨੇ। ਗੁਰਮੁਖੀ ਰੋਮ ਰੋਮ ਹਰ ਤੇ ਆਵੇ, ਬਸ ਫਿਰ ਰੋਮ ਰੋਮ ਹਰ ਤੇ ਆਵੇ। ਗੁਰਮੁਖੀ ਸਰੀਰ ਤਾਂ ਹੁੰਦਾ ਹੀ, ਹੁਣ ਇਹਨਾਂ ਰੋਮ ਜੋੜਦਾ ਸਰੀਰ ਨਾਲ। ਉਹ ਸਰੀਰ ਦਾ ਇਹਦਾ 'ਚ ਮਤਲਬ ਕੀ ਰਹਿ ਗਿਆ? ਸਰੀਰ ਦੇ ਰੋਮ ਰੋਮ 'ਚੋਂ ਆਵਾਜ਼ ਆਉਂਦਾ ਜੀ, ਕੰਨ ਲਾ ਕੇ ਦੇਖਿਆ ਜੀ, ਕਹਾਣੀਆਂ ਬਣਾਈ ਜਾਂਦੀ। ਸਰੀਰ ਦਾ ਇਹਦੇ ਨਾਲ ਕੀ ਮਤਲਬ ਹੋਇਆ? ਗਿਆਨਵੰਤ ਜਾਗੀ ਹੈ, ਗਿਆਨਵੰਤ ਦੇ ਰੋਮ ਰੋਮ ਦੇ ਵਿੱਚ ਉਹੀ ਹੈ, ਹੋਰ ਕੀ ਹੈ? ਉਹ ਜੋਤ ਸਰੂਪ ਹੈ। ਰੋਮ ਕੀ ਨੇ? ਸੂਰਜ ਦੇ ਰੋਮ ਕੀ ਨੇ? ਕਿਰਨਾਂ ਸਾਰੀਆਂ ਰੋਮ ਨੇ। ਸੂਰਜ ਦੀਆਂ ਕਿਰਨਾਂ ਕੀ ਨੇ? ਰੋਮ ਨੇ। ਸੂਰਜ ਦੇ ਸਾਰਿਆਂ ਦੇ ਵਿੱਚ ਕੀ ਹੈ? ਸਾਰਿਆਂ 'ਚ ਸੂਰਜ ਦੀ ਅੰਸ਼ ਹੈ। ਸੂਰਜ ਦੀ ਅੰਸ਼ ਕੀ ਹੁੰਦੀ ਹੈ? ਲਾਈਟ। ਸਾਰੀਆਂ 'ਚ ਗਰਮੀਆਂ, ਸਾਰੀਆਂ 'ਚ ਰੋਸ਼ਨੀ ਹੈ। ਅਸਲ 'ਚ ਗੁਰਮੁਖ ਹੁੰਦਾ ਕੀ ਹੈ? ਉਸ ਵੇਲੇ ਗੁਰਮੁਖ ਦਾ ਧੂੜ ਹੈ, ਧੱਦਾ ਹੈ। ਧੂੜ ਪੁਨੀਤ ਤੇਰੇ ਜਨੂ, ਧੂੜ ਪੁਨੀਤ ਹੈ। ਧੂੜ ਰੋਮ ਰੋਮ ਹੀ ਹੁੰਦਾ, ਧੂੜ ਦਾ ਕਣ ਕਣ ਹੋ ਗਿਆ ਨਾ। ਜਿੰਨਾ ਚਿਰ ਮਨ ਪੱਥਰ ਸੀ, ਵੱਟਾ ਸੀ, ਜਾਂ ਧੂੜ ਹੋ ਗਈ, ਬਰੀਕ ਹੋ ਗਈ, ਰੋਮ ਰੋਮ ਦੇ ਵਿੱਚ ਹੀ ਚੱਲ